ਚੀਨ ਦੇ ਸ਼ਹਿਰ ਸ਼ੰਘਾਈ ਵਿੱਚ ਚੱਲ ਰਹੇ ਤੀਰਅੰਦਾਜ਼ੀ ਵਿਸ਼ਵ ਕੱਪ ਮੁਕਾਬਲੇ ਵਿੱਚ ਮਰਦਾਂ ਦੀ ਟੀਮ ਨੇ ਓਲੰਪਿਕ ਚੈਂਪੀਅਨ ਦੱਖਣ ਕੋਰੀਆ ਨੂੰ ਹਰਾ ਕੇ 14 ਸਾਲ ਬਾਅਦ ਭਾਰਤ ਲਈ ਸੋਨ ਤਮਗਾ ਜਿੱਤਿਆ ਏ। ਧੀਰਜ ਬੋਮਾ ਦੇਵਰਾ, ਤਰੁਣਦੀਪ ਰਾਏ ਅਤੇ ਪ੍ਰਵੀਨ ਯਾਦਵ 'ਤੇ ਆਧਾਰਿਤ ਭਾਰਤੀ ਮਰਦਾਂ ਦੀ ਰਿਕਵਰ ਟੀਮ ਦੀਆਂ ਇਸ ਜਿੱਤ ਨਾਲ ਪੈਰਿਸ ਓਲੰਪਿਕਸ ਕੋਟਾ ਹਾਸਲ ਕਰਨ ਦੀਆਂ ਉਮੀਦਾਂ ਵੱਧ ਗਈਆਂ ਨੇ। ਧੀਰਜ, ਤਰੁਣਦੀਪ ਅਤੇ ਪ੍ਰਵੀਨ 'ਤੇ ਆਧਾਰਿਤ ਤਿਕੜੀ ਨੇ ਇੱਕ ਵੀ ਸੈੱਟ ਗਵਾਏ ਬਿਨਾਂ ਅੰਕੜਿਆਂ ਵਿੱਚ ਕਿਤੇ ਮਜ਼ਬੂਤ ਸਮਝੀ ਜਾ ਰਹੀ ਕੋਰੀਆ ਦੀ ਟੀਮ ਨੂੰ ਪਟਕਣੀ ਦਿੱਤੀ। ਭਾਰਤੀ ਫੌਜ ਵਿੱਚ ਸੇਵਾਵਾਂ ਦੇ ਰਿਹਾ 40 ਸਾਲ ਦਾ ਤਰੁਣਦੀਪ ਅਗਸਤ 2010 ਵਿੱਚ ਸ਼ੰਘਾਈ ਵਿੱਚ ਹੋਏ ਵਿਸ਼ਵ ਕੱਪ ਪੜਾਅ 4 ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਉਦੋਂ ਰਾਹੁਲ ਬੈਨਰਜੀ, ਤਰੁਣਦੀਪ ਅਤੇ ਜੈਅੰਤ ਨੇ ਤੇ ਆਧਾਰਿਤ ਭਾਰਤ ਦੀ ਰਿਕਵਰ ਟੀਮ ਨੇ ਜਪਾਨ ਨੂੰ ਹਰਾਇਆ ਸੀ। ਇਸ ਵਾਰ ਦੇ ਮੁਕਾਬਲੇ ਵਿੱਚ ਭਾਰਤ ਨੇ 5-1 ਨਾਲ ਜਿੱਤ ਹਾਸਲ ਕੀਤੀ। ਇਸ ਮੁਕਾਬਲੇ ਵਿੱਚ ਭਾਰਤ ਹੁਣ ਤੱਕ 5 ਸੋਨ, 1 ਚਾਂਦੀ ਅਤੇ 1 ਕਾਂਸੇ ਦਾ ਤਮਗਾ ਹਾਸਲ ਕਰ ਚੁੱਕਾ ਏ। ਸਾਬਕਾ ਵਿਸ਼ਵ ਚੈਂਪੀਅਨ ਦੀਪਿਕਾ ਕੁਮਾਰੀ ਮਹਿਲਾ ਰਿਕਵਰ ਵਿਅਕਤੀਗਤ ਸੈਮੀਫਾਈਨਲ ਗੇੜ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਸੋਚ ਨਾਲ ਮੈਦਾਨ ਵਿੱਚ ਉਤਰੇਗੀ।